ਜੇ ਗੁਰੂ ਸਾਹਿਬ ਦੀ ਸੋਚ ਨੂੰ ਸਮਝਣ ਦਾ ਯਤਨ ਕਰੀਏ ਵੀ ਜਿਹਨੂੰ ਕਹਿੰਦੇ ਵੀ ਗੁਰੂ ਸਾਹਿਬ ਨੇ ਧਰਮ ਚਲਾਇਆ ਜਾਂ ਅਸੀਂ ਕਹਿੰਦੇ ਗੁਰੂ ਸਾਹਿਬ ਨੇ ਲਹਿਰ ਖੜੀ ਕੀਤੀ ਆ, ਹਾਂਜੀ, ਉਸ ਸੋਚ ਦੇ ਵਿੱਚ ਹਾਂਜੀ ਇਹ ਗੱਲਾਂ ਜਿਹੜੀਆਂ ਹੈਗੇ ਕਿੱਥੇ ਸਟੈਂਡ ਕਰਦੀਆਂ? ਸਵਾਰਥ ਵਾਲੇ ਕਿੱਧਰੇ? ਗੁਰੂ ਸਾਹਿਬ ਨੇ ਇੱਕ ਵਾਰੀ ਵੀ ਕਿਸੇ ਨੂੰ ਆਖਿਆ ਹੋਵੇ ਨਹੀਂ ਵੀ ਜੇ ਤੂੰ ਇਸ ਤਰੀਕੇ ਦੇ ਨਾਲ ਮੇਰਾ ਸਿੱਖ ਬਣ ਜਾਏਗਾ? ਹੁਣ ਚਲੋ ਆਪਾਂ ਆਸਾਨੀ ਦੇ ਨਾਲ ਸਮਝ ਲੈਂਦੇ, ਬਲਕਿ ਸਾਨੂੰ ਦੱਸਿਆ ਇਹ ਜਾਂਦਾ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਸੀਗਾ ਵੀ ਉਹਨਾਂ ਤੋਂ ਸਿਰ ਮੰਗੇ ਸੀਗੇ, ਕੋਈ ਸੇਲ ਥੋੜੀ ਲਾਈ ਸੀਗੀ, ਸਿਰ ਮੰਗੇ ਸੀ ਕਹਿੰਦੇ ਵੀ ਇਹ ਇਹ ਦੱਸਿਆ ਜਾਂਦਾ ਵੀ ਬਹੁਤ ਕੀਮਤੀ ਚੀਜ਼। ਈਵਨ ਜਦੋਂ ਭਾਈ ਮੰਝ ਦੀ ਆਪਾਂ ਗੱਲ ਕਰਦੇ ਹਾਂ, ਭਾਈ ਮੰਝ ਦੇ ਸੰਬੰਧ ਵਿੱਚ ਆਖਦੇ ਹਾਂ ਵੀ ਜਦੋਂ ਗੁਰੂ ਅਰਜਨ ਦੇਵ ਜੀ ਦੇ ਕੋਲ ਆਇਆ ਤੇ ਗੁਰੂ ਸਾਹਿਬ ਨੂੰ ਕਹਿੰਦਾ ਵੀ ਮੈਨੂੰ ਸਿੱਖ ਬਣਾਓ, ਗੁਰੂ ਸਾਹਿਬ ਵੀ ਉੱਥੇ ਇਨਕਾਰ ਕਰਦੇ ਵੀ ਤੈਨੂੰ ਸਿੱਖ ਨਹੀਂ ਬਣਾਉਣਾ, ਤੂੰ ਜਿਹੜਾ ਉਹ ਸ਼ਬਦ ਸਾਡੇ ਪ੍ਰਚਾਰਕਾਂ ਨੇ ਬੜੇ ਫੇਮਸ ਕੀਤੇ ਹੋਏ ਆ ਵੀ ਗੁਰੂ ਸਾਹਿਬ ਨੇ ਆਖਿਆ ਵੀ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ, ਵੀ ਤੂੰ ਸਖੀ ਸਰਵਰ ਦਾ ਪੁਜਾਰੀ ਆ ਵੀ ਅਸੀਂ ਤੈਨੂੰ ਆਪਣਾ ਸਿੱਖ ਨਹੀਂ ਬਣਾਉਣਾ। ਕਿਉਂਕਿ ਅੱਜ ਜਦੋਂ ਅਸੀਂ ਜ਼ੋਰ ਲਾਉਂਦੇ ਪਏ ਹਾਂ ਵੀ ਵੱਧ ਤੋਂ ਵੱਧ ਲੋਕਾਂ ਨੂੰ ਸਿੱਖੀ ਦੇ ਦਾਇਰੇ ਵਿੱਚ ਲੈ ਕੇ ਆਓ, ਵੱਧ ਤੋਂ ਵੱਧ ਲੋਕਾਂ ਨੂੰ ਅੰਮ੍ਰਿਤ ਛਕਾਓ, ਪਰ ਕੀ ਕਾਰਨ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਆ ਕੇ ਭਾਈ ਮਾਂਝੇ ਕਹਿੰਦਾ ਵੀ ਮੈਨੂੰ ਸਿੱਖ ਬਣਾਓ, ਗੁਰੂ ਸਾਹਿਬ ਕਹਿੰਦੇ ਵੀ ਤੈਨੂੰ ਸਿੱਖ ਬਣਾਉਣਾ ਨਹੀਂ ਸੀ। ਹੁਣ ਗੁਰੂ ਸਾਹਿਬ ਨੇ ਭਾਈ ਮਾਂਝ ਨੂੰ ਨੀ ਆਖਿਆ ਵੀ ਤੂੰ ਮੇਰਾ ਸਿੱਖ ਬਣੇਗਾ ਤੈਨੂੰ ਸਵਰਗ ਮਿਲੂਗਾ, ਤੈਨੂੰ ਸੁੱਖ ਮਿਲਣਗੇ, ਤੈਨੂੰ ਆਹ ਕੁੱਝ ਮਿਲੂਗਾ। ਉਹ ਕੁੱਝ ਉਹਦੇ ਕੋਲ ਪਹਿਲਾਂ ਹੈਗਾ ਸੀਗਾ, ਬੜਾ ਕੁੱਝ ਇਲਾਕੇ ਦਾ, ਕਹਿੰਦੇ ਚੌਧਰੀ ਸੀਗਾ। ਹੁਣ ਜਦੋਂ ਉਹ ਸਿੱਖ ਬਣਨ ਵਾਸਤੇ ਤਿਆਰ ਹੋਇਆ, ਜਿੰਨਾ ਇੱਕ ਤੇ ਬੰਦਾ ਸਿੱਖੀ ਵਾਲੇ ਪਾਸੇ ਨੂੰ ਜਾਂ ਧਰਮ ਵਾਲੇ ਪਾਸੇ ਨੂੰ ਜਾਂ ਧਰਮ ਪਰਿਵਰਤਨ ਵਾਲੇ ਪਾਸੇ ਨੂੰ ਜਦੋਂ ਬੰਦਾ ਤੁਰਦਾ ਵਾ, ਉਹਨੂੰ ਅੱਗੇ ਕੋਈ ਲਾਲਚ ਦਿਸਦਾ, ਕੋਈ ਸਵਾਰਥ ਦਿਸਦਾ ਵੀ ਆਹ ਕਰਨ ਦੇ ਨਾਲ ਮੇਰੇ ਇਸ ਸਵਾਰਥ ਦੀ ਪੂਰਤੀ ਹੋਣੀ। ਪਰ ਦੂਸਰੇ ਪਾਸੇ ਭਾਈ ਮੰਝ ਉਹ ਜਦੋਂ ਸਿੱਖੀ ਵਾਲੇ ਪਾਸੇ ਨੂੰ ਤੁਰਦੇ, ਉੱਥੇ ਸਵਾਰਥ ਦੀ ਪੂਰਤੀ ਨਹੀਂ ਹੋ ਰਹੀ, ਉੱਥੇ ਕੁਰਬਾਨੀ ਹੋ ਰਹੀ, ਨੁਕਸਾਨ ਹੋ ਰਿਹਾ, ਉੱਥੇ ਤਿਆਗ ਹੋ ਰਿਹਾ, ਉੱਥੇ ਨੁਕਸਾਨ ਹੋ ਰਿਹਾ, ਉੱਥੇ ਜੋ ਕੁਝ ਵੀ ਹੈਗਾ ਉਹ ਕੋਲੋਂ ਜਾ ਰਿਹਾ। ਜੇ ਇਲਾਕੇ ਦਾ ਚੌਧਰੀ ਆ ਤੇ ਚੌਧਰੀ ਪੁਣਾ ਜਿਹੜਾ ਉਹਦਾ ਫਸ ਰਿਹਾ, ਗਵਾਚ ਰਿਹਾ, ਜੇ ਉਹਦਾ ਕਾਰੋਬਾਰ ਹੈਗਾ ਤੇ ਕਾਰੋਬਾਰ ਦੇ ਵਿੱਚ ਉਹਨੂੰ ਆਪਣਾ ਨੁਕਸਾਨ ਝੱਲਣਾ ਪੈ ਰਿਹਾ। ਮੈਂ ਉਹ ਗੱਲ ਕਰਦਾ ਸੀਗਾ ਵੀ ਇਹ ਸਾਡੇ ਵਿੱਚ ਇਹ ਗੱਲਾਂ ਕਿੱਥੋਂ ਸ਼ੁਰੂ ਹੋ ਗਈਆਂ ਵੀ ਜਦੋਂ ਅਸੀਂ ਕਹਿੰਦੇ ਵੀ ਹੁਣ ਜੇ ਗੁਰੂ ਸਾਹਿਬ ਨੂੰ ਆਖੀਏ ਵੀ ਗੁਰੂ ਸਾਹਿਬ ਨੇ ਕਦੇ ਨੀ ਆਖਿਆ ਕਿਸੇ ਨੂੰ ਵੀ ਹੁਣ ਕਿਸੇ ਨੂੰ ਆਖੋ ਵੀ ਅੰਮ੍ਰਿਤ ਕਿਉਂ ਛਕਿਆ ਵਾ? ਕੁਝ ਤਾਂ ਆਪਣੇ ਸਵਾਰਥ, ਦੁਨਿਆਵੀ ਸਵਾਰਥ ਦੀ ਕੋਈ ਗੱਲ ਜੇ ਇਮਾਨਦਾਰੀ ਦਾ ਨਾਲ ਦੱਸ ਦੇਵੇ ਤੇ ਉਹ ਦੱਸ ਦੂ ਵੀ ਮੈਂ ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਵੀ ਮੈਨੂੰ ਇੱਥੇ ਕਮੇਟੀ ਦੇ ਵਿੱਚ ਜਗ੍ਹਾ ਨਹੀਂ ਸੀ ਉਹਦਾ ਮਿਲਣੀ, ਜਿੰਨੀ ਦੇਰ ਤੱਕ ਮੈਂ ਅੰਮ੍ਰਿਤ ਨਾ ਛਕਦਾ ਉਨੀ ਦੇਰ ਤੱਕ ਮੈਂ ਪ੍ਰਧਾਨ ਨਹੀਂ ਬਣ ਸਕਦਾ, ਮੈਂਬਰ ਨਹੀਂ ਬਣ ਸਕਦਾ, ਇਸ ਵਾਸਤੇ ਮੈਂ ਛਕਿਆ ਵਾ, ਜਾਂ ਕੋਈ ਕਾਰੋਬਾਰ ਦੀ ਕੋਈ ਅੜਚਣ ਆਉਂਦੀ ਆ ਉਹਦੇ ਵਾਸਤੇ ਆ, ਜਾਂ ਆਮ ਪੇਂਡੂ ਲੋਕਾਂ ਦਾ ਇੱਕੋ ਜਵਾਬ ਹੁੰਦਾ ਜੀ ਵੀ ਇਹਦੇ ਨਾਲ ਅੱਗਾ ਸਬਰ ਦਾ, ਇਹਦੇ ਨਾਲ ਸਾਡਾ ਪ੍ਰਲੋਕ ਸਬਰ ਦਾ, ਇਹਦੇ ਨਾਲ ਸਾਨੂੰ ਸਵਰਗ ਦੀ ਪ੍ਰਾਪਤੀ ਹੁੰਦੀ। ਪਰ ਜਿਹੜੀ ਸੋਚ ਗੁਰੂ ਸਾਹਿਬ ਦੀ ਆ, ਉਸ ਸੋਚ ਦੇ ਵਿੱਚ ਸਵਰਗ ਨਰਕ ਦਾ ਥਾਂ ਕਿੱਥੇ ਆ? ਨਹੀਂ ਹੈਗਾ, ਕਿਤੇ ਵੀ ਨਹੀਂ। ਜਿਹੜਾ ਗੁਰੂ ਗੁਰੂ ਦੀ ਬਾਣੀ, ਬਾਬੇ ਕਬੀਰ ਦੇ ਬੋਲ, ਜਿਹੜੇ ਹੋਕਾ ਦੇ ਕੇ ਕਹਿੰਦੇ ਹੁਣ ਵੀ ਕਿਹੜੇ ਸਵਰਗ ਨਰਕ ਦੀ ਤੁਸੀਂ ਗੱਲ ਕਰ, ਮੇਰੇ ਵਾਸਤੇ ਕੋਈ ਸਵਰਗ ਨਹੀਂ, ਮੇਰੇ ਵਾਸਤੇ ਕੋਈ ਨਰਕ, ਮੈਨੂੰ ਕਿਸੇ ਸਵਰਗ ਦੀ ਪਰਵਾਹ ਨਹੀਂ, ਮੈਨੂੰ ਕਿਸੇ ਨਰਕ ਦੇ ਵਿੱਚ ਪੈਣ ਦਾ ਡਰ। ਹੁਣ ਜਿੱਥੇ ਗੁਰੂ ਸਾਹਿਬ ਸਵਰਗ ਨਰਕ ਨੂੰ ਮੂਲੋਂ ਰੱਦ ਕਰਦੇ ਹੋਣ ਜਾਂ ਜਦੋਂ ਦੇਖੋ ਇਹਦੇ ਨਾਲੋਂ ਵੱਡੇ ਜ਼ਿਆਦਾ ਸਪਸ਼ਟ ਬੋਲ ਜਿਹੜੇ ਆ ਉਹ ਹੋਰ ਕਿੱਥੋਂ ਮਿਲ ਸਕਦੇ ਸਾਨੂੰ? ਜਦੋਂ ਗੁਰੂ ਸਾਹਿਬ ਇਹ ਕਹਿੰਦੇ ਹੁਣ ਹੁਣ ਬੰਦਾ ਕਹਿੰਦਾ ਵੀ ਮੈਂ ਅੰਮ੍ਰਿਤ ਛਕ ਲੈਂਦਾ, ਮੈਂ ਸਿੱਖ ਬਣ ਜਾਂਦਾ, ਇੱਕੋ ਹੀ ਆ ਵੀ ਮੈਨੂੰ ਸੁੱਖ ਮਿਲਣਗੇ, ਪਰ ਗੁਰੂ ਸਾਹਿਬ ਜਦੋਂ ਹੋਕਾ ਦੇ ਕੇ ਇਹ ਕਹਿੰਦੇ ਆ ਵੀ ਇਹ ਗੱਲ ਕਰਨੀ ਸਭ ਤੋਂ ਵੱਡਾ ਬਕਵਾਸ ਹੋਊਗਾ ਜਿਹੜਾ ਬੰਦਾ ਇਹ ਆਖੇ ਮੇਰੀ ਜ਼ਿੰਦਗੀ ਚ ਕੋਈ ਦੁੱਖ ਨਾ ਆਵੇ।
मैनु सौखी मिलणगे जो गुरु साहब ये कहते नानक बोलन चखना दुख छड मंगी है सुख भी ये तो व्यर्थ की बकवास करनी है झख मारनी है जोड़ा बंदा आके भी मेरी जिंदगी हूं कोई दुख ना आवे मैनु केवल सुख ते सुख ही मिलते रहना ए तो वड्डा बकवास होर कोई नहीं ए तो वड्डी झख मारन वाली होर कोई गल हो नहीं सी हुण किन्ना स्पष्ट शब्दों के गुरु साहब यह कह दें भी सुख दुख दुए दर कपड़े पहरे जाए भी जेडे बंदे का जन्म होया वा ओदी जिंदगी च सुख भी आने ओदी जिंदगी च दुख जे कोई आखे दुख ना आउण केवल सुख ही सुख आउण यह सब तो वड्डा बकवास है व्यर्थ की चक मार बल्कि गुरु साहब ने कह दिता भी जिथे बोलना हारी है तिथे चंगी चो यह गल बोलन हारी का मतलब यह गल कर फायदा है कोई अपनी जीवत पाने वाला काम है भी यह थकन वाली गल है भी बंदा यह आखी जाए भी मेरे जिंदगी कोई दुख ना आए मेरी जिंदगी कोई दुख ना आए केवल सुख ही आने सुख इन गुरु साहब कहते बोलन हार यह अपनी जीव न थका वाला काम है अपने आप दे थकन का व्यर्थ की मेहनत है जिसे कुछ नहीं निकल ये नाल चुप करके बह जा टिक जा हुण जेडे गुरु साहब यह कहिंदे होव भी जिन्होंने मेरे नाल तुरना वा यह आस रख के ना तुरो भी एदा नाल तुरन दे विच साडी जिंदगी दे विच कोई मुश्किल का समा नहीं है कोई दुख का समा नहीं है हुण और केवल यह गल गुरु साहब ने आखी नहीं गुरु साहब का जीवन जिहड़ा इन्हां गल्लां दी गवाही दिंदा वा किन्नी वारी आपां इत्थे जिक्र कर चुके हैं जदों गुरु अर्जन देव जी की तत्ती तवी का जिक्र आउंदा गुरु तेग बहादुर जी का जिक्र आउंदा गुरु गोबिंद सिंह जी के संघर्ष का जिक्र आउंदा साडी जिंदगी दे विच इन्नियां मुसीबतां आईयां वा इन्ने कष्ट आए आ यह गरंटी गुरु साहब किदा दे देंगे किसी नूं भी जे तू मेरा सिख बन जाएगा जे तू अमृत छक लेगा तेरी जिंदगी च कदी कोई दुख नहीं आऊगा नहीं जी नहीं नहीं जी नहीं एक ना लकीर आ एक बॉटम लाइन एक लकीर खिंची हुई आ लकीर ए सी जिहड़ी दसां पातशाहियां दी लड़ाई सी ना ओ सगी जथेबंदक ढांचे दे स्थापती दे खिलाफ बिल्कुल बिल्कुल चाहे ओ काजी वाला ढांचा सी चाहे ब्राह्मण वाला सी चाहे योगी वाला सी चाहे बादशाह डिक्टेटरशिप वाला सी अच्छा दसवें पातशाह दे जान तो बाद जेड़ा ओ जथेबंदक ढांचा सी ना उन्हें इस नां ते बैठे हुए लोकां नू जेड़े अंदर ट्रेटर बैठे सी जेड़े पहला तो गदार बैठे सी उन्हां नू वरत के सिख गुरु पातशाह दे नां दे उत्ते भी इनू एक जथेबंदक ढांचा ही बना के रख दिता बिल्कुल हुण ओ जानी गुरु ग्रंथ साहिब वाली दसां पातशाह वाली गल छड के उन्हां तो बाद उन्हां वर्गी ही मर्यादा सारा कुछ उदां दा बना के हुण साडी सारी डिस्कशन जिहड़ी हो रही आ ना अज आपस विच ही ओ गुरु साहिब दा स्टाइल की सी ओहदे ते नहीं हो रही हुण जिहड़ा ढांचा बनिया इहदे बारे हो रही आ बिल्कुल जद के ए ए इत्थे आके ही समझ लो कोई होर बंदा जिहदा कहिंदे वे खुद चूहे ने बनाई आ कब्जा सप ने कर लिया उत्ते बिल्कुल ਵੀ ਉਹ 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 ਸਟਰਕਚਰ ਹੀ ਹੋਰ ਸੀ ਉਹ ਮੈਨੂੰ ਲੱਗਦਾ ਵੀ ਅਸੀਂ ਉਸ ਪਾਸੇ ਖੜ ਗਏ ਹਾਂ ਜਿਸ ਪਾਸੇ ਉਸ ਵੇਲੇ ਦਾ ਹਿੰਦੂ ਪੁਜਾਰੀ ਖਲੋਤਾ ਹੋਇਆ ਸੀ ਜਾਂ ਜਿਸ ਪਾਸੇ ਉਸ ਵੇਲੇ ਦਾ ਮੁਗਲ ਹਾਕਮ ਖਲੋਤਾ ਹੋਇਆ ਸੀ ਆਪਾਂ ਸ਼ਾਇਦ ਪਿਛਲੇ ਦਿਨ ਵੀ ਗੱਲ ਕੀਤੀ ਸੀਗੀ ਜਹਾਂਗੀਰ ਦੀ ਗੱਲ ਕੀਤੀ ਸੀ ਆਪਾਂ ਹਾਂਜੀ ਵੀ ਜਿਹੜੀ ਉਹਦੀ ਉਹ ਤੁਝ ਕੇ ਜਹਾਂਗੀਰੀ ਦੇ ਹਵਾਲੇ ਆਮ ਕਰਕੇ ਦਿੱਤੇ ਜਾਂਦੇ ਆ ਵੀ ਗੁਰੂ ਅਰਜਨ ਦੇਵ ਜੀ ਦੇ ਸੰਬੰਧ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਸ਼ਿਕਾਇਤਾਂ ਮਿਲਦੀਆਂ ਵਾ ਉਹਦੇ ਵਿੱਚ ਜਿਹੜੇ ਉਹਨਾਂ ਦੇ ਰੋਸ ਆ ਉਹ ਇਹ ਆ ਵੀ ਕੁਝ ਹਿੰਦੂ ਜਿਹੜੇ ਆ ਉਹ ਤੇ ਗੁਰੂ ਅਰਜਨ ਨੂੰ ਮੰਨਦੇ ਆ ਹਾਂਜੀ ਹੁਣ ਇਹ ਆ ਵੀ ਕੁਝ ਮੁਸਲਮਾਨ ਜਿਹੜੇ ਹੈਗੇ ਆ ਉਹ ਵੀ ਗੁਰੂ ਅਰਜਨ ਨੂੰ ਮੰਨਣ ਲੱਗ ਪਏ ਜਾਣੀ ਕਿ ਜਿਹੜੇ ਢਾਂਚੇ ਦੀ ਤੁਸੀਂ ਗੱਲ ਕਰਦੇ ਸੀ ਉਹ ਢਾਂਚਾ ਉਹਨਾਂ ਦਾ ਟੁੱਟਦਾ ਹੋਇਆ ਨਜ਼ਰ ਆ ਰਿਹਾ ਉਹ ਸਥਾਪਤੀ ਆਪਣੀ ਟੁੱਟਦੀ ਹੋਈ ਨਜ਼ਰ ਆ ਰਹੀ
ਤੇ ਅੱਜ ਜਦੋਂ ਅਸੀਂ ਇਹੋ ਜਿਹੇ ਸਾਈਆਂ ਦੇ ਸਮਾਗਮਾਂ ਦੇ ਉੱਤੇ ਜਿਸ ਜਨ ਰੰਕਾਰੀਆਂ ਦੇ ਸਮਾਗਮਾਂ ਦੇ ਉੱਤੇ ਪਹਿਲਾਂ ਰਿਐਕਟ ਕਰਦੇ ਰਹੇ ਹਾਂ, ਹਾਂ ਕਿਧਰੇ ਨਾ ਕਿਧਰੇ ਸਾਨੂੰ ਲੱਗਦਾ ਕਿ ਸਾਡਾ ਢਾਂਚਾ ਜਿਹੜਾ ਹੈਗਾ ਉਹ ਵੀ ਕਿਧਰੇ ਟੁੱਟਦਾ ਜਾ ਰਿਹਾ ਆ, ਸਾਡੀ ਸਥਾਪਤੀ ਜਿਹੜੀ ਹੈਗੀ ਆ ਉਹ ਵੀ ਕਿਧਰੇ ਟੁੱਟਦੀ ਜਾ ਰਹੀ। ਕਿਉਂਕਿ ਜਿੱਦਾਂ ਹਾਂ ਤੁਸੀਂ ਗੱਲ ਬਿਲਕੁਲ ਸਹੀ ਆਖਿਆ ਵੀ ਉਦਾਂ ਜਿਹੜੇ ਢਾਂਚੇ ਨੂੰ ਗੁਰੂ ਸਾਹਿਬ ਤੋੜਦੇ ਰਹੇ ਆ ਅਸੀਂ ਉਹੋ ਜਿਹਾ ਢਾਂਚਾ ਬਰਾਬਰ ਤੇ ਪੈਰਲਲ ਬਣਾ ਕੇ ਖੜੇ। ਅੱਜ ਜਿਹੜੀ ਮੈਂ ਗੱਲ ਕਰਦਾ ਸੀ ਨਾ, ਅੱਜ ਜਦੋਂ ਕੋਈ ਕਹਿੰਦਾ ਵੀ ਗੁਰੂ ਵਾਲੇ ਬਣੋ ਅਮਰ ਛਕੋ, ਉਹ ਕਹਿੰਦਾ ਵੀ ਇਸ ਢਾਂਚੇ ਦੇ ਮੈਂਬਰ ਹੋਰ ਬਣੋ ਤੁਸੀਂ ਆ ਕੇ। ਬਿਲਕੁਲ ਬਿਲਕੁਲ ਜੀ, ਉਹ ਜਿਹੜੀ ਮੈਂ ਗੱਲ ਕਰਦਾ ਸੀ ਜਦੋਂ ਕੁਛ ਬਿਜ਼ਨਸ ਲੈਂਦੇ ਆ, ਕੋਈ ਦੁਕਾਨ ਲੈਂਦੇ ਆ, ਤੇ ਜਿਹੜਾ ਲੈਂਡਲੋਰਡ ਆ, ਜਿਹੜਾ ਦੁਕਾਨ ਦਾ ਮਾਲਕ ਆ, ਉਹ ਕਹਿੰਦਾ ਵੀ ਜਿਸ ਜਗ੍ਹਾ ਤੇ ਮੇਰੀ ਦੁਕਾਨ ਆ ਨਾ ਜਿਹੜੀ ਕਿਰਾਏ ਲਈ ਖਾਲੀ ਆ, ਉਸ ਜਗ੍ਹਾ ਤੇ ਰੋਜ਼ ਸਵੇਰੇ 7 ਵਜੇ ਤੋਂ ਸ਼ਾਮ ਦੇ 7 ਵਜੇ ਤੇ 1000 ਬੰਦਾ ਪੈਦਲ ਲੰਘਦਾ ਆ। ਬਿਲਕੁਲ, ਉਸ ਕਾਰ ਦੀ ਕਾਰ ਪਾਰਕ ਵਿੱਚ ਘੱਟੋ ਘੱਟ 500 ਗੱਡੀ ਰੋਜ਼ ਆ ਕੇ ਪਾਰਕ ਹੁੰਦੀ ਆ। ਬਿਲਕੁਲ, ਮਤਲਬ ਜੇ ਇੰਨਾ ਬੰਦਾ ਆ ਕੇ ਲੰਘੂਗਾ ਉਹਦੇ ਵਿੱਚੋਂ 10% ਵੀ ਤੇਰੀ ਦੁਕਾਨ ਚ ਵੜ ਗਏ। ਬਿਲਕੁਲ, ਹੁਣ ਜਦੋਂ ਅੰਮ੍ਰਿਤ ਛਕੂਗਾ ਬੰਦਾ ਉਹਦਾ ਮਤਲਬ ਆ ਉਹਦੇ ਬੱਚਿਆਂ ਦੇ ਜਨਮ ਦਿਨ, ਉਹਨਾਂ ਦੇ ਵਿਆਹ, ਉਹਨਾਂ ਦੇ ਮਰਨ ਦੇ ਦਿਨ, ਉਹਨਾਂ ਦੇ ਹੋਰ ਜਿਹੜੇ ਦਿਨ ਸੋਧਿਆ ਆਉਣਾ ਜਾਣਾ ਗੁਰਦੁਆਰੇ ਚ ਹੋਊਗਾ। ਤੇ ਜੇ ਉਹ ਬੰਦੇ ਟੁੱਟ ਕੇ ਕਿਸੇ ਹੋਰ ਧਰਮ ਦਾ ਹਿੱਸਾ ਬਣ ਲੱਗ ਪਏ, ਆਪਣੀ ਆਮਦਨ ਚ ਘਾਟਾ। ਬਸ ਆਮਦਨ ਚ ਅਗਲੇ ਨੂੰ ਅਗਲਾ ਕਹਿੰਦਾ ਵੀ ਹੁਣ ਕਥਾ, ਇੱਕ ਵਾਰੀ ਰਣਜੋਤ ਸਿੰਘ ਦੱਸਣ ਕਹਿੰਦੇ ਪਤਾ ਨੀ 3 ਕਥਾ ਹੋ ਗਈਆਂ ਤਾਂ $11 ਪਤਾ ਨੀ $9 ਬਣੇ ਆ। ਇੱਦਾਂ ਮੈਂ ਇੱਦਾਂ ਕਿੱਦਾਂ ਕਿੱਦਾਂ ਨਹੀਂ, ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਲਿਖੇ ਤੇ ਲਿਖਿਆ ਕਿਤੇ, ਹਾਂ ਸ਼ਾਇਦ ਮੈਂ ਅੱਗੇ ਗੱਲ ਕੀਤੀ ਵੀ ਸੀਗੀ, ਕਿਸੇ ਸ਼ਹਿਰ ਦੀ ਉਹਨਾਂ ਨੇ ਗੱਲ ਕੀਤੀ, ਕਹਿੰਦੇ ਮੈਂ ਸਵੇਰੇ ਗੁਰਦੁਆਰੇ ਜਾਂਦਾ ਹੁੰਦਾ ਸੀ ਕਥਾ ਸੁਣਨ, ਵੀ ਉੱਥੇ ਪ੍ਰਚਾਰਕ ਇੱਕ ਨੌਜਵਾਨ ਸੀਗਾ ਵੀ ਬਹੁਤ ਵਧੀਆ ਪ੍ਰਚਾਰ ਕਰਦਾ ਸੀਗਾ, ਬੋਲਣ ਦਾ ਤਰੀਕਾ ਬਹੁਤ ਵਧੀਆ, ਜਿੱਦਾਂ ਬੜਾ ਪ੍ਰਭਾਵਸ਼ਾਲੀ, ਲੋਕੀ ਵੀ ਬੜੇ ਟਿਕਾ ਕੇ ਸੁਣਦੇ ਹੁੰਦੇ ਸੀ ਉਹਨੂੰ ਟਿਕਾ ਦੇ ਨਾਲ। ਉਹ ਕਹਿੰਦਾ ਮੈਂ 2-3 ਦਿਨ ਸੁਣਦਾ ਰਿਹਾ, ਕਹਿੰਦਾ ਮੈਂ ਬੜਾ ਪ੍ਰਭਾਵਿਤ ਹੋਇਆ, ਕਹਿੰਦਾ ਵੀ 3-4 ਦਿਨ ਕਹਿੰਦਾ ਮੈਂ ਕਥਾ ਤੋਂ ਬਾਅਦ ਮੈਂ ਉਹਨਾਂ ਦੇ ਪਿੱਛੇ ਉਹਨਾਂ ਦੇ ਕਮਰੇ ਚ ਚਲਾ ਗਿਆ, ਤੇ ਮੈਂ ਉਹਨਾਂ ਨੂੰ ਜਾ ਕੇ ਕਹਿ ਦਿੱਤਾ ਵੀ ਜਿੱਦਾਂ ਤਾਰੀਫ ਕੀਤੀ ਵੀ ਤੁਸੀਂ ਵੀ ਕਥਾ ਬਹੁਤ ਵਧੀਆ ਕਰਦੇ ਆ, ਹਾਂਜੀ ਤੁਸੀਂ ਪ੍ਰਚਾਰ ਬਹੁਤ ਵਧੀਆ ਕਰਦੇ ਆ। ਉਹਨੇ ਕਹਿੰਦੇ ਜੇਬੀ ਚ ਹੱਥ ਪਾ ਕੇ 100 ਰੁਪਏ ਕੱਢ ਕੇ ਮੇਰੇ ਅੱਗੇ ਸੁੱਟ ਦਿੱਤੇ, ਕਹਿੰਦੇ ਕਹਿੰਦਾ ਸਵਾਹ ਪ੍ਰਚਾਰ ਕਰਦਾ ਰੁਪਈਏ ਤਾਂ 16 ਹੋਏ, ਕਹਿੰਦਾ ਤੈਨੂੰ ਓਕੇ। ਉਹ ਕਹਿੰਦਾ ਮੈਨੂੰ ਉਦੋਂ ਕਹਿੰਦੇ ਮੇਰੇ ਦਿਮਾਗ ਚ ਗੱਲ ਆਈ ਕਿ ਇਹ ਤਾਂ ਹਾਲਤ ਇੱਲ ਵਾਲੀ ਆ, ਉੜਦੀ ਤਾਂ ਬੜਾ ਉੱਚਾ ਆ ਪਰ ਨਿਗਾਹ ਜਿਹੜੀ ਹੈਗੀ ਆ ਬਹੁਤ ਨੀਵੀ ਆ, ਉਹਦੀ ਦੇਖਣੀ ਜਿਹੜੀ ਹੈਗੀ ਆ ਬਹੁਤ ਨੀਵੀ ਆ ਕਹਿੰਦੀ।